ਜਲੰਧਰ ਪੱਛਮੀ ਦੀ ਉਪ ਚੋਣ ਇਸ ਵਾਰ ਬੇहद ਦਿਲਚਸਪ ਹੈ ਜਿੱਥੇ ਸੱਤਾਧਿਰ ਇਸ ਸੀਟ ਤੇ ਪੂਰੀ ਵਾਲ ਆ ਰਹੀ ਹੈ ਉੱਥੇ ਹੀ ਭਾਜਪਾ ਤੇ ਦੂਜੇ ਪਾਸੇ ਕਾਂਗਰਸ ਵੀ ਇਸ ਸੀਟ ਤੇ ਕਾਫੀ ਆਸਵੰਦ ਹੈ ਭੋਜਨ ਸਮਾਜੀ ਪਾਰਟੀ ਵੱਖਰੇ ਤੌਰ ਤੇ ਚੋਣ ਮੈਦਾਨ ਚ ਹੈ ਪਰ ਸਭ ਤੋਂ ਦਿਲਚਸਪ ਅਕਾਲੀ ਦਲ ਅਕਾਲੀ ਦਲ ਦੀ ਸਥਿਤੀ ਇੱਥੇ ਕੁਝ ਵੱਖਰੀ ਹੈ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਨ ਵਾਲੇ ਬੀਬੀ ਸੁਰਜੀਤ ਕੌਰ ਪਰ ਅਕਾਲੀ ਦਲ ਦਾ ਸਮਰਥਨ ਬੌਝਣ ਸਮਾਜ ਪਾਰਟੀ ਦੇ ਉਮੀਦਵਾਰ ਹਾਥੀ ਵਾਲੇ ਨੂੰ ਬੀਬੀ ਸੁਰਜੀਤ ਕੌਰ ਸਾਡੇ ਨਾਲ ਨੇ ਬੀਬੀ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਇਹ ਵੀ ਵੱਡੀ ਕਨਫਿਊਜ਼ਨ ਹੈ ਤੁਸੀਂ ਉਮੀਦਵਾਰ ਆਪ ਦੇ ਆਪ ਨੂੰ ਕਿਹਦਾ ਮੰਨਦੇ ਹੋ ਅਸੀਂ ਆਪਣੇ ਆਪ ਤੇ ਇਸ ਨੂੰ ਅਕਾਲੀ ਦਲ ਹਾਂਜੀ ਤਕਰੀਬ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਚੋਣਸ਼ਾਂ ਤੇ ਚੋਣ ਲੜ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਪਰ ਉਧਰ ਪ੍ਰਧਾਨ ਸਾਹਿਬ ਤੁਹਾਡੇ ਤੋਂ ਆਪਣੇ ਆਪ ਨੂੰ ਵੱਖਰਾ ਕਰ ਰਹੇ ਉਹਨਾਂ ਨੇ ਸਾਨੂੰ ਵੱਖਰਾ ਕੀਤਾ ਅਸੀਂ ਤਾਂ ਨਹੀਂ ਕੀਤਾ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਪਹਿਲਾਂ ਅਸੀਂ ਤਾਂ ਉੱਥੇ ਹੀ ਖੜੇ ਹਾਂ ਜਿੱਥੇ ਪਹਿਲਾਂ ਖੜੇ ਸੀ ਅੱਛਾ ਕੀ ਤੁਸੀਂ ਪੁਰਾਣਾ ਅਕਾਲੀ ਪਰਿਵਾਰ ਹੋ ਕਦੇ ਇਦਾਂ ਦੀ ਸਥਿਤੀ ਤੁਸੀਂ ਸੋਚੀ ਸੀ ਕਿ ਕਦੇ ਅਕਾਲੀ ਦਲ ਅਕਾਲੀ ਦਲ ਦੇ ਚੋਰ ਨਿਸ਼ਾਨ ਤੇ ਲੜਨ ਵਾਲੇ ਉਮੀਦਵਾਰ ਦੇ ਨਾਲ ਤੁਰਨ ਦੀ ਥਾਂ ਸਾਹਮਣੇ ਹਾਥੀ ਵਾਲੇ ਉਮੀਦਵਾਰ ਦੇ ਨਾਲ ਖੜਾ ਹੋਏਗਾ ਅਸੀਂ ਤਾਂ ਕਦੀ ਨਹੀਂ ਸੋਚੇ ਸੀ ਇਦਾਂ ਦੀ ਗੱਲ ਜੋ ਕਰ ਰਹੇ ਨੇ ਸਾਨੂੰ ਨਹੀਂ ਪਤਾ ਸੀ ਵੀ ਇਦਾਂ ਕਰਨਗੇ ਸਾਨੂੰ ਟਿਕਟ ਦੇ ਕੇ ਉਹ ਆਪਣੇ ਆਪ ਤੇ ਕਰ ਰਹੇ ਨੇ ਆਪ ਅਸੀਂ ਤਾਂ ਆਪਣੀ ਪਾਰਟੀ ਨਾਲ ਟੱਕੜੀ ਸ੍ਰੋਮਣੀ ਕਰ ਲਈ ਜਾਂ ਪਰੰਦੇ ਕਮੇਟੀ ਨਾਲ ਖੜੇ ਅੱਛਾ ਕੋਈ ਗੱਲਬਾਤ ਹੋਈ ਤੁਹਾਡੀ ਪ੍ਰਧਾਨ ਸਾਹਿਬ ਨਾਲ ਜਾਂ ਕੋਈ ਸੁਨੇਹਾ ਸੁਪਾਇਆ ਤੁਹਾਡੇ ਨਾਲ ਕਿਸੇ ਨੇ ਗੱਲ ਕੀਤੀ ਕਿਸੇ ਅਹੁਦੇਦਾਰ ਨੇ ਨਹੀਂ ਸਾਡੇ ਨਾਲ ਕਿਸੇ ਨੇ ਨਹੀਂ ਕੀਤੀ ਉੱਧਰੋਂ ਨਹੀਂ ਸੁਖਵੀਰ ਬਾਦਲ ਸਾਹਿਬ ਜੀ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਅੱਛਾ ਟਿਕਟ ਦੇਣ ਵੇਲੇ ਤਾਂ ਭੇਜਿਆ ਚੋ ਨਿਸ਼ਾਨ ਉਸ ਤੋਂ ਬਾਅਦ ਵਾਪਸ ਲੈਣ ਵੇਰੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਨਹੀਂ ਕੀਤੀ ਸਾਡੇ ਇੱਥੋਂ ਦੇ ਜੜੇ ਲੀਡਰ ਨੇ ਬੀਬੀ ਜ਼ਗੀਰ ਕੋਰ ਬਡਾਲਾ ਜੀ ਆ ਸਾਰੇ ਬੀਬੀਆਂ ਜਿਹੜੇ ਸਾਡੀ ਪਾਰਟੀ ਦੇ ਇੱਥੋਂ ਦੇ ਅਕਾਲੀ ਦਲ ਦੇ ਉਹ ਸਾਨੂੰ ਮਿਲਦੇ ਰਹੇ ਨੇ ਆਉਂਦੇ ਰਹੇ ਨੇ ਅੱਛਾ ਹੁਣ ਤੁਹਾਡੀ ਪਾਰਟੀ ਇੱਕ ਪਾਸੇ ਹੁਣ ਇਹ ਨਹੀਂ ਪਤਾ ਕਿ ਕਿੰਨੀ ਕਿ ਪਾਰਟੀ ਤੁਹਾਡੇ ਖਿਲਾਫ ਪ੍ਰਚਾਰ ਕਰੇਗੀ ਤੇ ਕਿੰਨੀ ਕਿ ਪਾਰਟੀ ਤੁਹਾਡੇ ਹੱਕ ਦੇ ਵਿੱਚ ਕਿੱਥੇ ਇੱਕ ਹਾਲਾਤ ਦੇਖਦੇ ਹਾਂ ਕਿਹੜੇ-ਕਿਹੜੇ ਆਗੂ ਇਸ ਵੇਲੇ ਤੁਹਾਡੇ ਨਾਲ ਡਟੇ ਨੇ ਕਿਉਂਕਿ ਜਿਹੜੇ ਬੀਬੀ ਜਗੀਰਕੌਰ ਜਾਂ ਵਡਾਲਾ ਜੀ ਜਾਂ ਜਿਹੜੇ ਬਾਕੀ ਜਿਨ੍ਹਾਂ ਨੂੰ ਜਿਹੜੇ ਤੁਹਾਡੇ ਨਾਲ ਨੇ ਉਹਨਾਂ ਨੂੰ ਅਕਾਲੀ ਦਲ ਬਾਗੀ ਧੜਾ ਦੇਖਦਾ ਪਾਰਟੀ ਬਾਰੇ ਤੇ ਮੈਂ ਕੁਛ ਨਹੀਂ ਕਹਿ ਸਕਦੀ ਕਿਉਂਕਿ ਇਹਨਾਂ ਦਾ ਆਪਣਾ ਮਸਲਾ ਸੀ ਪਾਰਟੀ ਦਾ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦੀ ਪਾਰਟੀ ਪ੍ਰੈਸ ਪਾਰਟੀ ਦੇ ਅੰਦਰੂਨੀ ਵਿਵਾਦ ਦੇ ਵਿੱਚ ਨਹੀਂ ਲੱਗਦਾ ਕਿ ਬੀਬੀ ਸੁਰਜੀਤ ਕੌਰ ਹੋਣੀ ਕਿਤਨੇ ਕਿਤਨੇ ਨਿਸ਼ਾਨਾ ਬਣ ਗਏ ਅਸੀਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਨਿਸ਼ਾਨੇ ਬਾਰੇ ਕਿ ਕਿਵੇਂ ਲੱਗਦੀ ਹੈ ਤੁਹਾਨੂੰ ਦੀ ਹੁਣ ਹੁਣ ਸਿਆਸੀ ਲੜਾਈ ਹੈ ਜਿਹੜੀ ਕਿਵੇਂ ਦੇਖਦੇ ਹੋ ਕਿੰਨੀ ਕੁ ਤੁਹਾਡੇ ਲਈ ਸੌਖੀ ਹੈ ਤੇ ਕਿੰਨੀ ਕੁ ਤੁਹਾਨੂੰ ਲੱਗਦਾ ਹੈ ਕਿ ਚੁਣੌਤੀਆਂ ਵਧ ਗਈਆਂ ਪਹਿਲਾਂ ਤਾਂ ਜਦੋਂ ਇਹਨੇ ਟਿਕਟ ਦਿੱਤੀ ਸੀ ਉਦੋਂ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਸੀ ਵੀ ਸਾਡੇ ਪਾਰਟੀ ਦੇ ਪਰਦਾਨ ਬਾਦਲ ਸਾਹਿਬ ਸਾਡੇ ਨਾਲ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਇਹ ਧੱਕਾ ਮਾਰਿਆ ਫਿਰ ਸਾਨੂੰ ਬੜਾ ਮਹਿਸੂਸ ਹੋਇਆ ਬੜਾ ਦੁੱਖ ਲੱਗਾ ਮਨ ਨੂੰ ਵੀ ਸਾਡੇ ਨਾਲ ਇਦਾਂ ਇਹਨਾਂ ਨੇ ਕਿਉਂ ਕੀਤਾ ਫਿਰ ਉਸ ਤੋਂ ਬਾਅਦ ਸਾਡੇ ਜਿਹੜੇ ਇੱਥੋਂ ਦੇ ਲੀਡਰ ਨੇ ਉਹ ਸਾਰੇ ਸਾਡੇ ਨਾਲ ਸਹਿਮਤ ਸੀ ਪ੍ਰਬੰਧਕ ਕਮੇਟੀਆਂ ਗੁਰਦੁਆਰੇ ਦੇ ਮੈਂਬਰ ਸਾਰੇ ਸਾਨੂੰ ਬਹੁਤ ਸਹਿਯੋਗ ਦੇ ਰਹੇ ਨੇ ਇੱਥੇ ਚੋਣ ਲੜਨੀ ਵੱਡੀ ਚੁਣੌਤੀ ਹੁੰਦੀ ਹੈ ਵੱਡੀਆਂ ਜ਼ਿੰਮੇਵਾਰੀਆਂ ਵੱਡੇ ਖਰਚੇ ਤਾਂ ਮੈਨੇਜ ਕਿਵੇਂ ਹੋ ਪਾ ਰਿਹਾ ਤ ਜਦੋਂ ਪਹਿਲਾਂ ਤਾਂ ਜਦੋਂ ਪਾਰਟੀ ਨਾਲ ਖੜੀ ਹੋਏ ਵੱਖਰਾ ਹੁੰਦਾ ਤੇ ਪਰ ਹਲੇ ਤਾਂ ਇਹ ਵੀ ਨਹੀਂ ਪਤਾ ਕਿ ਕਿੰਨੀ ਕਿ ਪਾਰਟੀ ਨਾਲ ਹੈ ਕਿੰਨੀ ਕਿ ਖਿਲਾਫ ਹੈ ਤੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਵੀ ਤੁਹਾਡੇ ਸਾਹਮਣੇ ਨੇ ਖਰਚੇ ਬਾਰੇ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਪਾਰਟੀ ਜਿਹੜੀ ਇੱਥੋਂ ਦੀ ਉਹਨਾਂ ਨੇ ਕਿਹਾ ਵੀ ਅਸੀਂ ਸਾਰਾ ਖਰਚਾ ਕਰਾਂਗੇ ਉਹ ਪਹਿਲਾਂ ਅਸੀਂ ਦੱਸਿਆ ਸੀ ਵੀ ਅਸੀਂ ਤਾਂ ਪੈਸੇ ਨਹੀਂ ਲਾ ਸਕਦੇ ਉਹ ਕਹਿੰਦੇ ਸੀ ਸਾਰੇ ਲਾਵਾਂਗੇ ਕਿਹਨੇ ਕਿਹਾ ਕੌਣ-ਕੌਣ ਕਹਿ ਰਹੇ ਕਿ ਲਾਵਾਂਗੇ ਇਹਨਾਂ ਨੇ ਕਿਹਾ ਸੀ ਸੁਖਵੀਰ ਸਿੰਘ ਇਹਨਾਂ ਨੇ ਬੀਬੀ ਜ਼ਗੀਰ ਕੋਲ ਬਡਾਲਾ ਜੀ ਆ ਬੀਬੀਆਂ ਨੇ ਸਾਡੇ ਕੱਲ ਵੀ ਆਏ ਸੀਗੇ ਕੀ ਨਾਮ ਉਹਨਾਂ ਦਾ ਕੱਲ ਵੀ ਆਏ ਸੀ ਉਹ ਸਾਨੂੰ ਪੂਰਾ ਹੌਸਲਾ ਦੇ ਕੇ ਕਹੇ ਤੇ ਵੀ ਅਸੀਂ ਲਾਵਾਂਗੇ ਯਾਨੀ ਜਿਹੜੇ ਗਰੁੱਪ ਨੂੰ ਇਸ ਵੇਲੇ ਅਕਾਲੀ ਦਲ ਬਾਗੀ ਧੜਾ ਦੇਖਦਾ ਉਹ ਤੁਹਾਡੇ ਨਾਲ ਖੜਾ ਤੇ ਉਹੀ ਤੁਹਾਡੇ ਚੋਣ ਦਾ ਖਰਚ ਚੱਕਣ ਦੀ ਜ਼ਿੰਮੇਵਾਰੀ ਵੀ ਉਟ ਗਏ ਨੇ ਬਾਗੀ ਤੁਹਾਡੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦੀ ਅਸੀਂ ਆਪਣਾ ਕਹਿ ਸਕਦੇ ਹਾਂ ਵੀ ਸਾਡੇ ਨਾਲ ਖੜੇ ਨੇ ਅੱਛਾ ਇੱਥੇ ਅਕਾਲੀ ਦਲ ਦੀ ਸਥਿਤੀ ਵੈਸੇ ਕਿੱਥੇ ਕਿ ਦੇਖੀਏ ਜੀ ਪਾਰਲੀਮੈਂਟ ਚੋਣਾਂ ਦੇ ਵਿੱਚ 2600 ਵੋਟ ਕਹਿੰਦੇ ਆ ਪਈ ਹੈ ਔਰ ਇਸ ਵਾਰ ਅਕਾਲੀ ਦਲ ਵੀ ਪੂਰਾ ਨਹੀਂ ਆਪਾਂ ਅੱਧਾ ਦੇਖੀਏ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਵੋਟ ਪਾਰਲੀਮੈਂਟ ਚੋਣ ਚ ਅਕਾਲੀ ਦਲ ਨੂੰ ਮੈਂ 2600 ਪਈ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜੇ ਤੁਸੀਂ ਸੁਖਬੀਰ ਸਿੰਘ ਬਾਦਲ ਗਰੁੱਪ ਤੋਂ ਤੁਹਾਨੂੰ ਵੱਖਰਾ ਵੇਖਿਆ ਜਾ ਰਿਹਾ ਤਾਂ ਵੋਟ ਵਧਣ ਦੀ ਉਮੀਦ ਰੱਖਦੇ ਹੋ ਜਾਂ ਜਿੱਤਣ ਦੀ ਉਮੀਦ ਰੱਖਦੇ ਹੋ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਉਹ 2600 ਪਈ ਉਹ ਸ਼ਾਇਦ ਪ੍ਰਧਾਨ ਦੇ ਮੂੰਹ ਨੂੰ ਪਈ ਹੋਵੇ ਜਾਂ ਪਾਰਟੀ ਦੇ ਮੂੰਹ ਨੂੰ ਪਈ ਹੋਵੇ ਕਿੱਥੇ ਕਿ ਦੇਖਦੇ ਉਸਤੀ थी ਜਿਹੜੀ ਵੀ ਵੋਟ ਪੈਂਦੀ ਆਪਣੀ ਮਿਹਨਤ ਨਾਲ ਪੈਂਦੀ ਹੈ ਜਿੰਨੀ ਅਸੀਂ ਮਿਹਨਤ ਕਰਾਂਗੇ ਸਾਨੂੰ ਉੰਨੀ ਵੋਟ ਪਏਗੀ ਪਾਰਟੀ ਦੇ ਸੁਖਵੀਰ ਬਾਦਲ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਜਿੰਨੇ ਸਾਡੀ ਪਾਰਟੀ ਜਿਹੜੀ ਇੱਥੋਂ ਦੀ ਨੇ ਲੀਡਰਸ਼ਿਪ ਇਹ ਸਾਰੀ ਉਹ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਸਾਰੇ ਵੋਟ ਪਵਾਣਗੇ ਸਾਨੂੰ ਇਸ ਹਲਕੇ ਦੇ ਵਿੱਚ ਅਕਾਲੀ ਦਲ ਦੀ ਜਾਂ ਪੰਥਕ ਵੋਟ ਕਹਿੰਦੇ ਘੱਟ ਦੇਖੀ ਜਾਂਦੀ ਹੈ ਪਰ ਐਸੇ ਸੀਟ ਤੇ ਐਸੇ ਦੁਵਿਧਾ ਵਾਲੇ ਹਾਲਾਤਾਂ ਦੇ ਵਿੱਚ ਚੋਣ ਲੜਨਾ ਤਾਂ ਇਹ ਵੀ ਆਪਦੇ ਆਪ ਤੇ ਇੱਕ ਵੱਡੀ ਚੁਣੌਤੀ ਹੈ ਤਾਂ ਇਸ ਦੁਵਿਧਾ ਭਰੇ ਹਾਲਾਤਾਂ ਦੇ ਵਿੱਚ ਤੁਸੀਂ ਚੋਣ ਲੜ ਰਹੇ ਹੋ ਪਰ ਉਹ ਵੀ ਉਸ ਸੀਟ ਤੇ ਜਿੱਥੇ ਪੰਥਕ ਵੋਟ ਬਹੁਤ ਘੱਟ ਦੇਖੀ ਜਾਂਦੀ ਹੈ ਸਾਨੂੰ ਤਾਂ ਸਾਰਿਆਂ ਨੇ ਬਹੁਤ ਸੰਯੋਗ ਦਿੱਤਾ ਹੌਸਲਾ ਵੀ ਦਿੱਤਾ ਸਾਡੇ ਸਾਰੇ ਮਦਦ ਵੀ ਕਰਨਗੇ ਪ੍ਰਬੰਧਕ ਕਮੇਟੀ ਦੇ ਪੰਥ ਨੇ ਉਹ ਸਾਰੇ ਸਾਡੇ ਨਾਲ ਨੇ ਵੋਟ ਸਾਨੂੰ ਵੱਧ ਤੋਂ ਵੱਧ ਪੇਗੀ ਅਜੇ ਪ੍ਰਧਾਨ ਸਾਹਿਬ ਨੂੰ ਕੋਈ ਸਨਹਿਤ ਦੇਣਾ ਚਾਹੋਗੇ ਪ੍ਰਧਾਨ ਸਾਹਿਬ ਅਕਸਰ ਸਾਡਾ ਟੀਵੀ ਦੇਖਦੇ ਰਹਿੰਦੇ ਉਹਨਾਂ ਨੂੰ ਸਾਰੀ ਖਬਰ ਦਾ ਪਤਾ ਲੱਗਦਾ ਤੇ ਕੋਈ ਸਨਹਿਤ ਦੇਣਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਉਹਨਾਂ ਨੂੰ ਤਾਂ ਮੈਂ ਇਹੀ ਕਹਾਂਗੀ ਵੀ ਜਿਹੜੇ ਜਥੇਦਾਰ Pritam Singh ਸੀ ਉਹ ਵੱਡੇ ਬਾਦਲ ਦੇ ਸਾਹਿਬ ਦੀ ਸੱਜੀ ਬਾਤ ਸੀ ਤੇ ਉਹ ਸੱਜੀ ਬਾਹ ਕਰਕੇ ਅਸੀਂ ਸਾਰੀ ਸੇਵਾ 45 ਸਾਲ ਕਰਦੇ ਰਹੇ ਉਹਨਾਂ ਨੂੰ ਸਾਡੀ ਸੋਚ ਨਹੀਂ ਆਈ ਪਰੀ ਦਿਮਾਗ 'ਚ ਨਹੀਂ ਆਇਆ ਉਹਨਾਂ ਦੇ ਸਾਡੇ ਵੀ ਮਿੱਠੂ ਅਸਤੀ ਵਾਲੇ ਕਿੰਨੀ ਸੇਵਾ ਕਰਦੇ ਨੇ ਕਿੰਨੇ ਇੱਕ ਜੋ ਟੋਕੇ ਨਾਲ ਤੋੜਦੇ ਨੇ ਉਹਨਾਂ ਨੇ ਸਾਡੇ ਨਾਲ ਪਤਾ ਨਹੀਂ ਦੱਕਿਓ ਧੋਖਾ ਦਿੱਤੇ ਮਨ ਨੂੰ ਇਹੀ ਸੰਦੇਸ਼ ਦਵਾਂਗੇ ਜਿਹੜੇ ਬਾਕੀ ਆਗੂ ਤੁਹਾਨੂੰ ਮਿਲ ਕੇ ਗਏ ਨੇ ਚੰਦੂ ਮਾਜਰਾ ਹੋਣੀ ਜਾਂ ਬੀਬੀ ਜਗੀਰ ਕੌਰ ਜਾਂ ਬਡਾਲਾ ਸਾਹਿਬ ਜਾਂ ਬਾਕੀ ਆਗੂ ਜਿਹੜੇ ਤੁਹਾਨੂੰ ਮਿਲ ਰਹੇ ਨੇ ਉਹਨਾਂ ਤੋਂ ਕਿੰਨੀ ਕੁ ਉਮੀਦ ਕਰਦੇ ਹੋ ਇੱਥੇ ਲਗਾਤਾਰ ਡਟੇ ਰਹਿਣਗੇ ਤੁਹਾਡੇ ਨਾਲ ਵੀ ਮੁਲਾਕਾਤ ਕਰਕੇ ਗਏ ਨੇ ਹਾਂਜੀ ਕੱਲ੍ਹ ਆਈ ਸੀ ਕੱਲ ਸਾਡੀ ਮੀਟਿੰਗ ਸੀ ਕੱਲ ਸਾਰੇ ਆਏ ਸੀ ਜਿੰਨੇ ਵੀ ਲੀਡਰ ਨੇ ਉਹ ਸਾਨੂੰ ਪੂਰਾ ਹੌਸਲਾ ਸੰਯੋਗ ਦੇਣ ਕਿ ਸਾਨੂੰ ਤਾਂ ਬੀਬੀ ਸੁਰਜੀਤ ਕੌਰ ਹੋਣੀ ਚੁਣੌਤੀਆਂ ਬਹੁਤ ਨੇ ਕਿਉਂਕਿ ਸ਼ਾਇਦ ਇਸ ਤੋਂ ਪਹਿਲਾਂ ਕਦੇ ਐਸੀ ਸਿਆਸਤ ਨਹੀਂ ਦੇਖੀ ਹੋਣੀ ਜਲੰਧਰ ਦੀ ਇਸ ਉਪ ਚੋਣ ਦੇ ਵਿੱਚ ਕੁਝ ਵੱਖਰੇ ਤਰ੍ਹਾਂ ਦੀ ਸਿਆਸਤ ਨਜ਼ਰ ਆ ਰਹੀ ਆ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਚੋਣ ਲੜਨ ਵਾਲੇ ਇਹ ਬੀਬੀ ਸੁਰਜੀਤ ਕੌਰ ਦੇ ਸਾਹਮਣੇ ਅਕਾਲੀ ਦਲ ਹਾਥੀ ਤੇ ਸਵਾਰ ਹੈ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਨਾਲ ਖੜਾ ਕਿਉਂਕਿ ਅਕਾਲੀ ਦਲ ਦੇ ਜਿਹੜੇ ਮੌਜੂਦਾ ਪ੍ਰਧਾਨ ਨੇ ਉਹਨਾਂ ਨੇ ਐਲਾਨ ਕੀਤਾ ਹੈ ਕਿ ਭੋਜਨ ਸਮਾਜ ਪਾਰਟੀ ਨੂੰ ਸਾਡਾ ਸਮਰਥਨ ਹੈ ਪਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਤੇ ਚੋਣ ਲੜਨ ਵਾਲੇ ਬੀਬੀ ਸਰਜੀਤ ਕੌਰ ਦੂਜੇ ਧੜੇ ਦੇ ਨਾਲ ਦੂਜੇ ਧੜੇ ਦੇ ਸਹਿਯੋਗ ਦੇ ਨਾਲ ਚੋਣ ਮੈਦਾਨ ਦੇ ਵਿੱਚ ਨੇ ਤੇ ਇੱਥੇ ਬੜੀ ਕਨਫਿਊਜ਼ਨ ਹੈ ਕਿ ਅਕਾਲੀ ਦਲ ਦਾ ਉਮੀਦਵਾਰ ਹੁਣ ਝੰਡੀਆਂ ਲਗੀਆਂ ਸੀ ਸ਼ਹਿਰ ਦੇ ਵਿੱਚ ਦੇਖੀਆਂ ਤਾਂ ਉੱਥੇ ਹੀ ਕਨਫਿਊਜ਼ਨ ਸੀ ਕਿ ਇਹ ਇਹ ਝੰਡੀਆਂ ਜਿਹੜੀਆਂ ਨੇ ਉਹ ਬੀਬੀ ਦੇ ਸਮਰਥਨ ਚ ਨੇ ਜਾਂ ਫਿਰ ਅਕਾਲੀ ਦਲ ਨੇ ਭੋਜਨ ਸਮਾਜ ਪਾਰਟੀ ਦਾ ਸਮਰਥਨ ਚ ਲਾਈਆਂ ਨੇ ਤਾਂ ਐਸੀ ਦੁਵਿਧਾ ਵਾਲ ਉਹ ਜਲੰਧਰ ਪੱਛਮੀ ਦੀ ਉਪਚੋਣ ਦੇ ਵਿੱਚ ਬਣੀ ਹੋਈ ਹੈ। ਕੈਮਰਾਮੈਨ ਵਿਨੋਦ ਕੁਮਾਰ ਦੇ ਨਾਲ ਨਪਿੰਦਰ ਸਿੰਘ ਨਿਊਜ਼ 18 ਜਲੰਧਰ